ਆ ਲੋਕਾਂ ਨੇ ਦਾਨ ਅਲੱਗ ਕਰਿਆ ਅਤੇ ਬਾਕੀ ਬਾਦਲ ਸਾਹਿਬ ਇਹ ਜੀ ਸਾਡੇ ਪਿੰਡ ਦੇ ਬੇਗੋਵਾਲ ਦੇ 8 ਸ਼ਹੀਦ ਹੋਏ ਨੇ ਫੌਜ ਦੇ ਵਿੱਚ 62-65 ਦੀਆਂ ਲੜਾਈਆਂ ਦੇ ਵਿੱਚ। ਉਹਦੀ ਵਜ੍ਹਾ ਦੇ ਵਜ੍ਹਾ ਨਾਲ ਅਸੀਂ ਇੱਥੇ ਸਮਾਰਕ ਬਣਾਇਆ। ਬਾਦਲ ਸਾਹਿਬ ਨੇ ਸਾਨੂੰ ਪੈਸੇ ਦਿੱਤੇ, ਮਹੇਸ਼ਿੰਦਰ ਸਿੰਘ ਗਰਿਆਲ ਨੇ ਸਾਨੂੰ ਪੈਸੇ ਲੱਖ ਰੁਪਈਆ ਦਿੱਤਾ, ਉਹਦੇ ਬਾਅਦ ਅਟਵਾਲ ਸਾਹਿਬ ਨੇ ਸਾਨੂੰ 100,000 ਰੁਪਈਆ ਦਿੱਤਾ ਅਤੇ ਸਮਾਰਕ ਬਣਿਆ। ਉਹਦੇ ਬਾਅਦ ਇਹਦਾ ਮੈਂਟੀਨੈਂਸ ਇੱਥੇ ਪੁਲਿਸ ਦੀ ਟੁਕੜੀ 16 ਦਸੰਬਰ ਨੂੰ ਹਰ ਸਾਲ ਆ ਕੇ ਸਲਾਮੀ ਦਿੰਦੀ ਸੀ। ਉਸ ਸਾਲ ਇਹ ਕੰਮ ਚੱਲਿਆ, ਉਹਦੇ ਬਾਅਦ ਇੱਥੇ ਪੰਚਾਇਤ ਬਣਨ 'ਤੇ ਇਹ ਕੰਮ ਠੱਪ ਹੋ ਗਿਆ ਅਤੇ ਇੱਥੇ ਇਸ ਵੇਲੇ ਗਧੇ ਇਹਦੇ ਵਿੱਚ ਫਿਰ ਰਹੇ ਨੇ। ਘਾਹ ਖੜ੍ਹਾ ਬਹੁਤ ਵੱਡਾ ਘਾਹ ਖੜ੍ਹਾ, ਇਹਦਾ ਕੋਈ ਮੈਂਟੀਨੈਂਸ ਨਹੀਂ ਹੋ ਰਿਹਾ। ਅਟਵਾਲ ਸਾਹਿਬ ਨੇ 100,000 ਰੁਪਈਆ ਮੈਂਟੀਨੈਂਸ ਲਈ ਦਿੱਤਾ ਸੀ, ਉਹ ਇੱਥੇ ਲੱਗਿਆ ਨਹੀਂ। ਅੱਛਾ ਜੀ, ਉਹ ਮੈਂਟੀਨੈਂਸ ਲਈ ਦਿੱਤਾ ਅਤੇ ਉਹ ਲੱਗਿਆ ਨਹੀਂ। ਇੱਥੇ ਇਸ ਪਾਰਕ ਦੀ ਬਹੁਤ ਬੁਰੀ ਹਾਲਤ ਆ। ਇਹ ਸ਼ਹੀਦਾਂ ਦੀ ਯਾਦਗਾਰ ਬਣੀ ਸੀ, ਇਹਦਾ ਨਿਰਾਦਰ ਹੋ ਰਿਹਾ। ਜਾਂ ਤਾਂ ਇਹ ਯਾਦਗਾਰ ਮਿਟਾ ਦਿੱਤੀ ਜਾਵੇ, ਨਹੀਂ ਇਹਦਾ ਮੈਂਟੀਨੈਂਸ ਕੀਤਾ ਜਾਵੇ। ਬਹੁਤ ਧੰਨਵਾਦ। 15 ਅਗਸਤ ਦੀ ਜਗ੍ਹਾ ਅਸੀਂ 16 ਦਸੰਬਰ ਨੂੰ ਵਿਜੈ ਦਿਵਸ ਵਾਲੇ ਦਿਨ ਇੱਥੇ ਯਾਦਗਾਰ ਇਹਨਾਂ ਸ਼ਹੀਦਾਂ ਦੀ ਮਨਾਉਂਦੇ ਸੀ। ਇਹਦੇ ਬਾਅਦ ਹੁਣ ਕਈ ਸਾਲਾਂ ਤੋਂ ਇੱਥੇ ਇਹਦਾ ਨਾ ਕੋਈ ਮੈਂਟੀਨੈਂਸ ਹੋ ਰਿਹਾ, ਨਾ ਇਹਦੀ ਕੋਈ ਦੇਖਭਾਲ ਹੋ ਰਹੀ ਆ, ਅਤੇ ਬਹੁਤ ਬੜਾ ਜੰਗਲ ਖੜ੍ਹਾ ਹੈ ਅਤੇ ਇਹਦਾ ਕੋਈ ਕਿਸੇ ਕਿਸਮ ਦੀ ਦੇਖਭਾਲ ਨਹੀਂ ਹੋ ਰਹੀ। ਅਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਦੀ ਦੇਖਭਾਲ ਕਰੀ ਜਾਵੇ, ਇੱਥੇ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇ। ਨਾਲੇ ਸਫਾਈ ਕਰਾਉਣੀ ਚਾਹੀਦੀ।